ਪੁਲਿਸ ਮੁਲਾਜ਼ਮਾਂ ਦੇ ਉੱਤੇ ਸ਼ਰੇਆਮ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਨੇ, ਜਿਸ ਦੇ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਨਾਕੇਬੰਦੀ ਦੇ ਦੌਰਾਨ 4 ਜ਼ਖਮੀਆਂ ਦੀ ਪੁਲਿਸ ਦੇ ਨਾਲ ਪਹਿਲਾਂ ਤਾਂ ਬਹਿਸ ਹੁੰਦੀ ਹੈ ਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ, ਜਿਸ ਤੋਂ ਬਾਅਦ ਜੋ ਜ਼ਖਮੀ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਨੇ ਉਹਨਾਂ ਦੇ ਉੱਤੇ ਗੋਲੀ ਚਲਾਈ ਹੈ ਤੇ ਗੋਲੀ ਲੱਗਣ ਦੇ ਕਾਰਨ ਹੀ ਉਹ ਜ਼ਖਮੀ ਹੋਏ ਨੇ। ਹਾਲਾਂਕਿ ਇਹਨਾਂ ਦੇ ਵਿੱਚ ਇੱਕ ਔਰਤ ਵੀ ਫੱਟੜ ਹੋਈ ਦੱਸੀ ਜਾ ਰਹੀ ਹੈ, ਜਿਸ ਦੀ ਕਿ ਬਾਂਹ ਦੇ ਵਿੱਚ ਫ੍ਰੈਕਚਰ ਆ ਗਿਆ। ਤਾਂ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ, ਫਿਰੋਜ਼ਪੁਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਨੇ, ਜਿਸ ਦੇ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਜੋ ਜ਼ਖਮੀ ਲੋਕ ਨੇ ਉਹਨਾਂ ਦਾ ਕਹਿਣਾ ਕਿ ਉਹ ਲੰਗਰ ਖਾ ਕੇ ਜਦੋਂ ਵਾਪਸੀ ਕਰ ਰਹੇ ਸੀ ਤਾਂ ਨਾਕੇਬੰਦੀ ਕੀਤੀ ਹੋਈ ਸੀ ਪੁਲਿਸ ਦੇ ਵੱਲੋਂ, ਤੇ ਉਸ ਨਾਕੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਪਹਿਲਾਂ ਉਹਨਾਂ ਦੀ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ। ਗੁੱਸੇ ਦੇ ਵਿੱਚ ਆਏ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਦੇ ਉੱਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਜੋ ਜ਼ਖਮੀ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਜੋ ਸੀ ਉਹ ਪੂਰੇ ਸ਼ਰਾਬ ਦੇ ਵਿੱਚ ਧੁੱਤ ਸੀ, ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ ਤੇ ਉਹਨਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ। ਹਾਲਾਂਕਿ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇੱਕ ਨੌਜਵਾਨ ਜਦੋਂ ਐਕਸੀਡੈਂਟ ਹੋਣ ਤੋਂ ਬਾਅਦ ਆਪਣੇ ਪਿੰਡ ਵੱਲ ਨੂੰ ਭੱਜਿਆ ਤਾਂ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਪਿੱਛਾ ਕਰਦੇ ਹੋਏ ਉਸ ਨੂੰ ਕਾਬੂ ਕਰਨ ਦੇ ਲਈ ਜਦੋਂ ਪਿੰਡ ਦੇ ਵਿੱਚ ਪੁਲਿਸ ਵੜਦੀ ਹੈ ਤਾਂ ਉੱਥੇ ਕੁਝ ਲੋਕ ਪਿੰਡ ਦੇ ਇਕੱਠੇ ਹੋ ਜਾਂਦੇ ਨੇ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੁਲਿਸ ਦੀ ਗੱਡੀ ਦੀ ਵੀ ਭੰਨਤੋੜ ਕਰ ਦਿੱਤੀ ਜਾਂਦੀ ਹੈ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆਪਣੇ ਬਚਾਅ ਦੇ ਵਿੱਚ ਆ ਕੇ ਹਵਾਈ ਫਾਇਰ ਕੀਤੇ ਜਾਂਦੇ ਨੇ, ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਮੌਕੇ ਦੇ ਉੱਤੇ ਕਾਫੀ ਜ਼ਿਆਦਾ ਬਹਿਸਬਾਜ਼ੀ ਹੋ ਜਾਂਦੀ ਹੈ ਤੇ ਉੱਥੋਂ ਦੀ ਬੜੀ ਮੁਸ਼ਕਲ ਦੇ ਨਾਲ ਪੁਲਿਸ ਮੁਲਾਜ਼ਮ ਆਪਣੀ ਜਾਨ ਬਚਾ ਕੇ ਨਿਕਲੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਾਂ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਸ਼ਰੇਆਮ ਗੋਲੀਆਂ ਚਲਾਉਣ ਦੇ ਇਲਜ਼ਾਮ ਲੱਗੇ ਨੇ। ਕੀ ਨਾਮ ਹੈ ਤੁਹਾਡਾ? ਲਖਵਿੰਦਰ ਸਿੰਘ। ਕਿਹੜਾ ਪਿੰਡ? ਹਾਂ ਮੰਚਾ। ਤੁਹਾਡੀ ਗੋਲੀ ਲੱਗੀ, ਕੀ ਮਾਮਲਾ ਹੋਇਆ? ਮਾਮਲਾ ਅਸੀਂ ਲੰਗਰ ਖਾ ਕੇ ਆ ਰਹੇ ਸੀ ਪਿੰਡੋਂ ਘਰ ਨੂੰ ਵਾਪਸ, ਉੱਥੇ ਘਰ ਦੇ ਲਾਗੇ ਜਿੱਦਾਂ ਟ੍ਰੈਫਿਕ ਸੀ ਉੱਦਾਂ ਉੱਥੋਂ ਲੰਘ ਰਹੇ ਸੀ ਅਤੇ ਉੱਥੋਂ ਪੁਲਿਸ ਵਾਲਿਆਂ ਦੀ ਗੱਡੀ ਸੀ ਅਤੇ ਉਹਨਾਂ ਦਾਰੂ ਦੂਰੂ ਪੀਤੀ ਰੱਜੇ ਅਤੇ ਇੱਦਾਂ ਫਾਇਰਿੰਗ ਕਰਨ ਲੱਗ ਪਏ। ਕਿੰਨੇ ਜਣੇ ਦੀ ਗੋਲੀ ਲੱਗੀ? 4 ਜਣੇ ਜ਼ਖਮੀ ਹੋਏ। ਪੁਲਿਸ ਮੁਲਾਜ਼ਮ ਕਿੰਨੇ ਸੀਗੇ? 6-7 ਹੈਗੇ। ਸਰ ਉਹਨਾਂ ਕੋਲ ਸਰਕਾਰੀ ਗੱਡੀ ਕਿ ਪ੍ਰਾਈਵੇਟ ਸੀ? ਸਰਕਾਰੀ ਗੱਡੀ। ਸਰ ਮਾਮਲਾ ਇਹ ਹੋਇਆ ਵੀ ਬਾਬਾ ਬੁੱਢਾ ਸਾਹਿਬ ਦਾ ਲੰਗਰ ਲੱਗਿਆ, ਉੱਥੋਂ ਸੇਵਾ ਕਰਕੇ ਇਹ ਮੁੰਡੇ ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਸੋਹਣ ਸਿੰਘ ਅਤੇ ਕਰਨ ਸਿੰਘ, ਕਰਨ ਜਿਹੜਾ ਟਰੈਕਟਰ 'ਤੇ ਬੈਠਾ ਸੀ, ਬਲਵਿੰਦਰ, ਸੋਹਣ ਅਤੇ ਲਖਵਿੰਦਰ, ਇਹ ਲੰਗਰ ਸੇਵਾ ਕਰਕੇ ਅਤੇ ਵਾਪਸ ਆ ਰਹੇ ਘਰ ਤੋਂ ਅਤੇ ਪੁਲਿਸ ਵਾਲਿਆਂ ਦੇ ਨਾਕਾ ਲੱਗਾ ਸੀ ਉੱਥੇ ਪੁਲ 'ਤੇ, ਵੱਡੀ ਪੁਲ 'ਤੇ ਨਾਕਾ ਲੱਗਾ ਸੀ ਅਤੇ ਉੱਥੋਂ ਅਸੀਂ ਟਰੈਕਟਰ ਲੈ ਕੇ, ਅਸੀਂ ਵੀ ਬਾਬੇ ਬੁੱਢੇ ਸਾਹਿਬ ਆਏ ਸੀ ਅਤੇ ਅਸੀਂ ਦੇਖਿਆ ਸੀ ਉੱਥੇ ਲੱਗਿਆ ਸੀ, 10 ਵਜੇ ਨਾਕਾ ਲੱਗਿਆ ਸੀ। ਪਤਾ ਨਹੀਂ ਹੁਣ ਅਣਪਛਾਤੇ ਬੰਦੇ ਕਿੱਥੋਂ ਆਉਂਦੇ ਆ, ਕਿਸੇ ਨਾਲ ਝਗੜਾ ਹੋਇਆ ਉਹਨਾਂ ਦਾ, ਝਗੜਾ ਹੋਇਆ ਅਤੇ ਪਿੰਡ ਆਣ ਕੇ ਕੋਈ ਮਸਲਾ ਬਣਿਆ, ਇਹਨਾਂ ਗਾਲ ਗਲੱਪਾ ਕੀਤਾ, ਉੱਥੇ ਆਣ ਕੇ ਆਪਸ ਵਿੱਚ ਝਗੜੇ ਆ, ਉੱਥੇ ਫਾਇਰ ਕਰ ਦਿੱਤੇ ਆ ਅਤੇ ਜੋ ਸਾਡੇ ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਸੋਹਣ ਸਿੰਘ ਇਹ ਘਰ ਨੂੰ ਵਾਪਸ ਜਾ ਰਹੇ ਸੀ, ਸਾਰੇ ਇਕੱਠੇ ਹੋਏ ਜਦੋਂ ਤੇ ਇਹਨਾਂ ਗੋਲੀ ਚਲਾ ਦਿੱਤੀ। ਗੋਲੀ ਕਿੰਨਾ ਵਾਰ ਚਲਾਈ? ਹਾਂਜੀ, ਗੋਲੀ ਕਿੰਨਾ ਚਲਾਈ ਹੈਗੀ? ਗੋਲੀ ਜੀ ਜੋ ਬਲਰਾਜ ਸਿੰਘ ਐਸ ਐਚ ਉਹਨਾਂ ਦੇ ਗਨਮੈਨ ਨੇ ਚਲਾਈ ਹੈ ਜੀ। ਕਿੰਨੇ ਫਾਇਰ ਹੋਏ? 6 ਫਾਇਰ ਹੋਏ ਜੀ। ਕੁੱਲ ਕਿੰਨੇ ਜ਼ਖਮੀ ਹੋਏ? ਇਹ 4 ਜ਼ਖਮੀ ਹੋਏ ਜੀ। ਅੱਛਾ।